ਜਿੰਨਾ ਕਰਾਰਾ ਪਾਪੜ ਨਹੀਂ ਹੁੰਦਾ ਜਿੰਨਾ ਕਰਾਰਾ ਬਿਲਕੁਲ। ਇਹ ਸਾਡੇ ਜਿਹੜੇ ਨਾਨ ਹੈਗੇ ਆ ਲੱਗ ਚੁੱਕੇ ਹੈਗੇ ਆ ਤੰਦੂਰ ਦੇ ਵਿੱਚ। ਮੈਦਾ ਤੇ ਨਹੀਂ ਪਾਇਆ ਦਾ ਇਹਨਾਂ ਵਿੱਚ? ਨਹੀਂ ਨਹੀਂ, ਆਟੇ ਦਾ ਸਰ ਪਿਓਰ ਆਟਾ। ਜੋ ਕਹਿ ਰਹੇ ਆ ਸਹੀ ਗੱਲ ਹੈ ਨਾ? ਬਿਲਕੁਲ ਸਰ। ਬੱਚਾ ਹੈ, ਬੁੱਢਾ ਹੈ, ਜਵਾਨ ਹੈ, ਕੋਈ ਹੈ, ਸਾਰਿਆਂ ਨੂੰ ਦਾ ਮੂਲ ਘੱਟ ਕੇ ਦੇ ਦੇ ਪੂਰਾ। ਜਿਹਦਾ ਕੱਪੜੇ ਨੂੰ ਸਾਬਣ ਲਾਈਦਾ ਨਾ ਉਦਾਂ ਲਾਈਦਾ। ਸਹੀ ਗੱਲ ਹੈ, ਸਹੀ ਗੱਲ ਹੈ। ਤੇ ਬਾਈਟ ਜਿਹੜੀ ਮੈਂ ਥੋੜੀ ਹੈਵੀ ਰੱਖਦਾ ਹੈਗਾ, ਉਹ ਮੈਨੂੰ ਛੋਟੀ ਦਾ ਨਾ ਆਪਣੇ ਹਿਸਾਬ ਦੇ ਨਾਲ ਗੱਲਬਾਤ ਬਣਦੀ ਨਹੀਂ, ਇਸ ਕਰਕੇ ਬਾਈਟ ਹੈਵੀ ਰੱਖਦਾ ਮੈਂ ਥੋੜੀ ਜਿਹੀ। ਫੇਰ ਭਾਜੀ ਮੇਰਾ ਬੇਟਾ ਬਿਮਾਰ ਹੋ ਗਿਆ। ਆਪਾਂ ਦੇਖਿਆ ਜਦੋਂ ਨਾਨ ਬਣਾਉਂਦੇ ਤੇ ਉਂਗਲਾਂ ਨਾਲ ਆਉਂ ਕਰ ਦਿੰਦੇ ਕਰ। ਭਾਜੀ ਜਿਹੜਾ ਤੇ ਹੁੰਦਾ ਨਾ ਮੈਦਾ, ਹਾਂਜੀ, ਚੌੜਾ ਹੋ ਜਾਂਦਾ, ਚੌੜਾ ਹੋ ਜਾਂਦਾ। ਆ ਗਏ ਤੁਹਾਡੇ ਬੱਬਰ ਸਾਹਿਬ ਅੱਗੇ ਤੁਹਾਡੇ। ਕੀ ਬਾਤ ਹੈ, ਪਠਾਨਕੋਟ ਨੂੰ ਇਹੀ ਕਹਿੰਦੇ ਆ ਕਿ ਇੱਕ ਵਾਰੀ ਤੁਸੀਂ ਆਓ। ਸੋ ਹੇ ਗਾਇਸ, ਦਿਸ ਇਜ਼ ਅਮਿਤ ਬਬਰਾਣਾ ਬੈਕ ਵਿਦ ਅਨਦਰ ਵੀਡੀਓ। ਹੋਪ ਕਰਦਾ ਕਿ ਸਾਰਿਆਂ ਨੇ ਬਹੁਤ ਵਧੀਆ ਹੋ ਗਏ। ਨਵਾਂ ਦਿਨ ਅਤੇ ਨਵੇਂ ਵਲੌਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹੋ ਚੁੱਕੇ ਇੱਕ ਬਹੁਤ ਹੀ ਪਿਆਰੀ ਵੀਡੀਓ ਦੇ ਨਾਲ। ਅਤੇ ਗਾਇਜ਼, ਅੱਜ ਦੀ ਵੀਡੀਓ ਨਾ ਬਹੁਤ ਜ਼ਬਰਦਸਤ ਹੋਣ ਵਾਲੀ ਹੈ, ਕਿਉਂਕਿ ਜਿਹੜੀ ਲੋਕੇਸ਼ਨ 'ਤੇ ਤੁਹਾਨੂੰ ਆਪਾਂ ਲੈ ਕੇ ਚੱਲੇ ਆ ਨਾ, ਉਹ ਬਹੁਤ ਹੀ ਘੈਂਟ ਹੈਗੀ ਹੈ। ਇੱਥੇ ਤੁਹਾਨੂੰ ਮਿਲੇਗੀ ਸਵਾਦ ਜੀ ਚੀਜ਼, ਹੈ ਨਾ, ਜੀਭ ਦਾ ਵੀ ਸਵਾਦ ਹੋਏਗਾ ਅਤੇ ਹੈਲਥੀ ਵੀ ਹੋਏਗੀ। ਕੀ ਹਾਲ ਚਾਲ ਦੋਸਤੋ? ਵਧੀਆ, ਠੀਕ ਠਾਕ, ਵਧੀਆ ਵਧੀਆ, ਬਹੁਤ ਵਧੀਆ। ਇਹ ਭਰਾ ਸਾਡਾ ਚੰਡੀਗੜ੍ਹ ਤੋਂ ਆਇਆ ਹੀ ਹੈ ਹਲੇ, ਅਤੇ ਆਪਾਂ ਇਹਨੂੰ ਚੱਕ ਲਿਆਉਂਦਾ। ਮੈਂ ਕਿਹਾ ਚੱਲ ਚੱਲੀਏ, ਤੈਨੂੰ ਖਵਾ ਪਿਆ ਕੇ ਲਈਏ ਕੁਛ ਅਤੇ ਨਾਲ ਵੀਡੀਓ ਕਰ ਲਈਏ, ਤੇ ਚਲੀਏ ਫਿਰ ਚਿੱਕੀ ਫਟਾਫਟ। ਬਿਲਕੁਲ ਬਿਲਕੁਲ ਚਲੀਏ, ਭੁੱਖ ਵੀ ਲੱਗੀ ਆ ਨਾਲ, ਹੈਨਾ, ਆਹ ਤੇ ਕਰਕੇ ਆਈਏ ਫਟਾਫਟ। ਹਾਂਜੀ ਹਾਂਜੀ, ਤੇ ਪੂਰਾ ਆਪਾਂ ਗਾਇਸ ਜਿੱਦਾਂ ਜੈਨੂਇਨ ਰਿਵਿਊ ਕਰਦੇ ਹੈਗੇ ਆ ਉਦਾਂ ਹੀ ਰਿਵਿਊ ਕਰਾਂਗੇ। ਭਾਜੀ ਨਾਲ ਮਿਲਾਉਂਦੇ ਆ, ਬਸ ਗਾਲਾਂ ਪੈਣ ਭਾਜੀ ਕੋ, ਕਿਉਂਕਿ ਸਵੇਰੇ 9:15 ਦੇ ਮੇਰਾ ਇੰਤਜ਼ਾਰ ਕਰ ਰਹੇ ਹੈਗੇ ਨੇ, ਤੇ ਬਾਕੀ ਹੁਣ ਚੱਲਦੇ ਆ ਆਪਾਂ ਅੱਗੇ, ਮਿਲਦੇ ਆ ਭਾਜੀ ਨਾਲ ਕੋਲ ਜਾ ਕੇ। ਲੇਟ ਹੈ ਅਸੀਂ ਤੁਹਾਡੇ ਚੱਕਰ 'ਚ, ਇੰਟਰੋ ਪਤਾ ਕਿੰਨੀ ਤੇਜ਼ ਕਰਕੇ ਆਏ ਹੈਗੇ ਆ, ਇਹ ਕਰਨਾ ਪਹਿਲੀ ਇੰਟਰੋ ਹੋਣੀ ਹੈ ਜਿਹੜੀ ਮਿੰਟੋ ਮਿੰਟ ਮੰਗਾ ਤੀ ਆਪਾਂ, ਇੱਕ ਵੀ ਰੀਟੇਕ ਨਹੀਂ ਹੋਇਆ, ਜਿੰਨੇ ਮਿੰਟ ਦੀ ਇੰਟਰੋ ਆ ਉਨੇ ਹੀ ਟਾਈਮ ਲੱਗਾ। ਪ੍ਰੈਕਟਿਸ ਹੋ ਗਈ ਦੇ ਨਾ? ਨਹੀਂ ਭਾਜੀ, ਕਈ ਵਾਰੀ ਅੜ ਜਾਂਦੀ ਹੁੰਦੀ ਗੱਡੀ। ਪ੍ਰੋ ਪਲੇਅਰ ਹੋ ਗਿਆ ਤੁਸੀਂ ਅੱਜ, ਬਲੈਕ ਬਲੈਕ ਵਲੌਗ ਦੇ ਚੱਕਰ 'ਚ ਕਰਕੇ ਆਏ ਹੋ? ਹੈ, ਅੱਜ ਮੈਂ ਨਹਾਤਾ ਸੀ ਨਾ ਇਸ ਕਰਕੇ। ਅੱਛਾ, ਟੋਰ ਪੂਰੀ ਗੱਡੀ ਆ ਭਾਈ ਨੇ ਅੱਜ। ਹੋਰ ਭਾਜੀ ਤੁਸੀਂ ਵੀ ਜਾਣਾ ਨਾਲ ਸਾਡੇ? ਹੈ ਨਹੀਂ ਭਾਜੀ, ਕਿਉਂ ਅਸੀਂ ਨਹੀਂ ਜਾਣਾ? ਇਹ ਦੋਨੋਂ ਭਰਾ ਸਾਡੇ ਵੱਡੇ ਭਰਾ ਨੇ, ਹੈ, ਇਹ ਸਾਡੇ ਸਪੋਰਟਰ। ਹੈ ਚਲੋ ਠੀਕ ਹੈ, ਕਰ ਲਿਓ। ਹੈ ਚਲੋ, ਲੈਟਸ ਗੋ। ਹੋਰ ਕਿੱਦਾਂ, ਮੈਂ ਸਕੂਟੀ ਫੜ ਲਾਂ। 15 ਮਿੰਟਸ ਲੇਟਰ, ਦੁਕਾਨ ਤੇ ਇੰਨੀ ਗੱਲਬਾਤ ਹੋ ਨਹੀਂ ਪਾਈ, ਤੇ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਥੈਂਕਸ ਹੈ ਸਾਡੇ ਚੈਨਲ ਤੇ ਆਉਣ ਲਈ। ਵਾਸਤੇ ਜਾਣਾ ਆ ਜਰਾ ਯਾਰ। ਕਿਆ ਬਾਤ ਹੈ, ਤੇ ਭਾਈ ਆਪਣੇ ਵੱਡੇ ਭਰਾ ਨੇ, ਠੀਕ ਹੈ, ਤੇ ਭਾਈ ਨੇ ਲੋਕੇਸ਼ਨਾਂ ਨੂੰ ਦੱਸੀ ਹੈਗੀ ਆ। ਬੜੇ ਟਾਈਮ ਦੇ ਆਪਾਂ ਵਲੌਗ ਪਲਾਨ ਕਰਦੇ ਪਏ ਹੈਗੇ ਸੀ, ਪਰ ਸਾਡਾ ਵਲੌਗ ਹੋ ਨਹੀਂ ਪਾ ਰਿਹਾ ਹੈਗਾ ਜੀ, ਤੇ ਅੱਜ ਭਾਈ ਫਾਈਨਲੀ ਹੋ ਹੀ ਗਿਆ। ਬਿਲਕੁਲ ਬਿਲਕੁਲ, ਬੜੇ ਸਾਡੇ ਪ੍ਰੋਗਰਾਮ ਕੈਂਸਲ ਹੋਇਆ, ਇੱਕ ਹੋਰ ਜਿਹੜਾ ਬਣਾਇਆ ਸੀ ਲੇਟੈਸਟ ਵਾਲਾ ਉਹ ਵੀ ਕੈਂਸਲ ਹੋ ਗਿਆ। ਕੈਂਸਲ ਆਲਮੋਸਟ ਕੈਂਸਲ, ਬਟ ਆਪਾਂ ਸ਼ਾਇਦ ਕਰ ਸਕਦੇ ਹੈਗੇ ਆ, ਤੇ ਅੱਜ ਵੀ ਹੋ ਗਿਆ ਸੀ ਕੰਮ ਖਰਾਬ, ਅੱਜ ਵੀ ਮੈਂ ਐਡੀਟਿੰਗ ਕਰਨ ਬਹਿ ਗਿਆ ਸੀ ਜਿੱਦਾਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਹੀ, ਤੇ ਲੇਟ ਹੋ ਗਏ। ਦੇਖਦੇ ਭਾਈ ਸਗੋਂ ਭੁੱਖੇ ਭਾਣੇ ਬੈਠੇ ਦੇ, ਕਾਫੀ ਖਾਏ ਉਹਨੇ, ਭਾਈ ਨੂੰ ਬੜਾ ਵੇਟ ਕਰਨਾ ਪਿਆ, ਤੇ ਫਾਈਨਲੀ ਆਪਾਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ। ਤੇ ਭਾਜੀ ਕੋ ਪੁੱਛਦੇ ਆ, ਭਾਜੀ ਲੈ ਕੇ ਆਏ ਆਪਣੀ ਲੋਕੇਸ਼ਨ ਤੇ ਨਾ, ਕਿ ਕਿਉਂ ਲੈ ਕੇ ਆ? ਸਭ ਤੋਂ ਪਹਿਲੇ ਤੇ ਲਾਸਟ ਮੇਰੇ ਨਾ ਫਾਦਰ, ਇਹਨਾਂ ਦੇ ਕਾਫੀ ਨੋਨ ਨੇ। ਹਾਂਜੀ ਹਾਂਜੀ, ਤੇ ਇਹਨਾਂ ਨੇ ਕਿਹਾ ਸੀਗਾ ਕਿ ਇੱਕ ਵਾਰੀ ਬੱਚਿਆਂ ਨੂੰ ਕਹੋ, ਹੈ ਨਾ, ਤੇ ਮੇਰੇ ਫਾਦਰ ਦੀ ਵਿਸ਼ ਸੀਗੀ ਕਿ ਇਹਨਾਂ ਨੂੰ ਆਉਣਾ। ਚਲੋ ਮੈਂ ਉਸ ਟਾਈਮ ਤੇ ਪੂਰਾ ਨਹੀਂ ਕਰ ਪਾਇਆ, ਹੈ ਨਾ, ਚਲੋ ਜਿੱਦਾਂ ਮਰਜ਼ੀ ਸਾਨੂੰ ਛੱਡ ਗਏ ਹੋ। ਬਿਲਕੁਲ, ਫਿਰ ਉਹਨਾਂ ਦੇ ਹਿਸਾਬ ਦੇ ਨਾਲ, ਹੈ ਨਾ, ਮੈਂ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਸੀਗਾ, ਅਤੇ ਮੈਂ ਕੱਲ੍ਹ ਪਰਸੋਂ ਇੱਥੋਂ ਲੰਘ ਰਿਹਾ ਸੀ, ਅਤੇ ਭੁੱਖ ਵੀ ਲੱਗੀ ਸੀ, ਅਤੇ ਮੇਰੀ ਵਾਈਫ ਇਗਜ਼ਾਮ ਦੇ ਕੇ ਆ ਰਹੀ ਸੀ ਸ਼ਾਇਦ, ਅਤੇ ਮੈਂ ਉਹਨੂੰ ਕਿਹਾ ਚੱਲ ਰੋਟੀ ਰੋਟੀ ਖਾਂਦੇ, ਅਤੇ ਇੱਕਦਮ ਹੀ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਯਾਰ ਖਾਣਾ ਤਾਂ ਕੁਝ ਚੱਜ ਦਾ ਖਾਈਏ, ਚੱਜ ਦਾ ਖਾਈਏ, ਆਪਾਂ ਮੈਦੇ ਵਾਲੀ ਚੀਜ਼ਾਂ ਤਾਂ ਬਥੇਰੀਆਂ ਖਾਧੀਆਂ। ਬਿਲਕੁਲ, ਬੇਸਣ ਅਤੇ ਆਟਾ ਯੂਜ਼ ਕਰਦੇ, ਬਿਲਕੁਲ ਜਿਹੜਾ ਕਿ ਸਾਨੂੰ ਪਚਦਾ ਬਹੁਤ ਛੇਤੀ, ਹੈ ਨਾ। ਮਤਲਬ ਸਾਡੇ ਇੱਧਰ ਤਾਂ ਨਹੀਂ ਭਾਜੀ, ਮਤਲਬ ਕੋਈ ਆਟੇ ਅਤੇ ਬੇਸਣ ਦਾ ਨਾ ਜੀ ਲੈ ਕੇ ਆਇਆ ਹੋਣਾ, ਮੈਦੇ ਦੀ ਹਨੇਰੀਆਂ ਬਣੀ ਦੀ, ਹੈ ਨਾ, ਮੈਦਾ ਹੀ ਮੈਦਾ ਚੱਲਦਾ, ਮੈਦਾ ਹੀ ਮੈਦਾ ਹਰ ਪਾਸੇ, ਅਤੇ ਕਿਉਂ ਨਾ ਆਪਾਂ ਉਹਨਾਂ ਨੂੰ ਪ੍ਰਮੋਟ ਕਰੀਏ ਜਿਹੜੇ, ਹੈ ਨਾ, ਇੰਨਾ ਹੈਲਥੀ, ਅਤੇ ਮਤਲਬ ਕਿ ਟੇਸਟ ਵੀ ਤੁਹਾਨੂੰ ਦੇ ਰਿਹਾ, ਮੇਨ ਹੁੰਦਾ ਕਿ ਟੇਸਟ।
ਔਰ ਤੇ ਉਹਦੇ ਨਾਲ ਹੈਲਥੀ ਬਹੁਤ ਵੱਡੀ ਗੱਲ ਕੀ ਹੈ ਚਨਿਆਂ ਦੇ ਵਿੱਚ ਸ਼ਾਇਦ ਉਹ ਲਸਣ ਪਿਆਜ਼ ਵੀ ਨਹੀਂ ਪਾਉਂਦੇ ਸ਼ਾਇਦ ਨਹੀਂ ਪਾਉਂਦੇ ਔਰ ਉਹਦੇ ਨਾਲ ਇੰਨਾ ਕੁ ਸਵਾਦ ਬੰਦੀ ਚੀਜ਼ ਸੀ ਹੈ ਨਾ ਆਪਾਂ ਦੇ ਆਦੀ ਹੋ ਗਏ ਹੋਏ ਇਹ ਚੀਜ਼ਾਂ ਖਾਣ ਬਿਲਕੁਲ ਤੇ ਹੁਣ ਐਕਸਪਲੋਰ ਕਰਦੇ ਹਾਂ ਚੱਲਦੇ ਹਾਂ ਦੇਖਦੇ ਹਾਂ ਭਾਜੀ ਕੋਲ ਕਿਹੜੀ ਕਿਹੜੀ ਆਈਟਮ ਅਵੇਲੇਬਲ ਹੈਗੀ ਆ ਬਾਕੀ ਇਹਦੀ ਮੇਕਿੰਗ ਵੀ ਤੁਹਾਨੂੰ ਦੱਸਾਂਗੇ ਅਤੇ ਖਾ ਕੇ ਰਿਵਿਊ ਵੀ ਦੱਸਾਂਗੇ ਅਤੇ ਭਾਜੀ ਅੱਜ ਲੀਡ ਕਰਨਗੇ ਸਾਰੀਆਂ ਚੀਜ਼ਾਂ ਨੂੰ ਬਾਕੀ ਚੱਲਦਾ ਰਹੂਗਾ ਸਾਡਾ ਜਿੱਦਾਂ ਆਪਾਂ ਚਲਾਉਂਦੇ ਹੈਗੇ ਹਾਂ ਕਿਉਂ ਕਰਨ ਤਿਆਰ ਹਾਂ ਬਿਲਕੁਲ ਤਿਆਰ ਹਾਂ ਜੀ ਭੁੱਖ ਲੱਗੀ ਆ ਨਾ ਪੂਰੀ ਪੂਰੀ ਫੇਰ ਹੀ ਖਾਧਾ ਜਾਣਾ ਹੈਗਾ ਵਾ ਚਲੋ ਚਲੋ ਭਾਈ ਚੱਲੀਏ ਭਾਜੀ ਕੀ ਹਾਲ ਚਾਲ ਹੈ ਬਸ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਆਪਣੀ ਦੁਕਾਨ ਦਾ ਨਾਮ ਦੱਸੋ ਪਹਿਲੇ ਤੇ ਮੈਨੂੰ ਭਾਜੀ ਆਪਣੀ ਦੁਕਾਨ ਦਾ ਨਾਮ ਹੈ ਏਕਮ ਕੁਲਚਾ ਜੰਕਸ਼ਨ ਭਾਜੀ ਕੀ ਕੁਝ ਸਰਵ ਕਰਦੇ ਹੋ ਤੁਸੀਂ ਪਠਾਨਕੋਟ ਦੀ ਜਨਤਾ ਨੂੰ ਭਾਜੀ ਅਸੀਂ ਆਟੇ ਦੇ ਬੇਸਣ ਨਾਲ ਅਸੀਂ ਕੁਲਚਾ ਸ਼ੁਰੂ ਕੀਤਾ ਮੈਦੇ ਵਾਲਾ ਨਹੀਂ ਅਸੀਂ ਲਗਾਉਂਦੇ ਕੁਲਚਾ ਠੀਕ ਹੈ ਆਟਾ ਤੇ ਬੇਸਣ ਹੀ ਯੂਜ਼ ਕਰੀਦਾ ਆਪਾਂ ਮਤਲਬ ਮੈਦਾ ਬਿਲਕੁਲ ਨਹੀਂ ਤੁਸੀਂ ਬਿਲਕੁਲ ਨਹੀਂ 0% ਮੈਨੂੰ ਠੀਕ ਹੈ ਭਾਜੀ ਭਾਈ ਕਿੰਨੇ ਕੁ ਟਾਈਮ ਹੋ ਗਿਆ ਤੁਹਾਨੂੰ ਇਹ ਸਟਾਰਟ ਕੀਤੇ ਆਪਣਾ ਸੈਟਅਪ ਸੈਟਅਪ ਨੂੰ ਭਾਜੀ ਹੋ ਗਏ ਲਗਭਗ 4 ਕੁ ਮਹੀਨੇ ਹੋਣ ਵਾਲੇ ਆ 4 ਮਹੀਨੇ ਹੋਣ ਵਾਲੇ ਹੈਗੇ ਆ ਠੀਕ ਆ ਭਾਈ ਤੇ ਕਿੰਨੇ ਵਜੇ ਇੱਥੇ ਆ ਜਾਂਦੇ ਹੋ ਕਿੰਨੇ ਵਜੇ ਤੁਸੀਂ ਚੱਲ ਜਾਂਦੇ ਹੋ ਸਾਰਾ ਦੱਸ ਦਿਓ ਸਾਨੂੰ ਵੀਡੀਓ ਦੇ ਵਿੱਚ ਅਸੀਂ ਭਾਜੀ ਸਵੇਰੇ ਬਹਿਦ ਹਾਲ ਨੂੰ ਅਸੀਂ 5 ਵਜੇ ਆਉਂਦੇ ਹਾਂ ਠੀਕ ਆ ਅਤੇ ਸਾਡਾ ਜਿਹੜਾ ਮਟੀਰੀਅਲ ਹੈ ਇਹ ਮਤਲਬ ਕਿ ਤਿਆਰੀ ਜਿਹੜੀ ਸਾਡੀ ਆ 9 ਵਜੇ ਹੋ ਜਾਂਦੀ ਆ ਠੀਕ ਆ ਭਾਈ 9 ਵਜੇ ਤੋਂ ਲੈ ਕੇ 4 ਵਜੇ ਤੱਕ 4 ਵਜੇ ਤੱਕ ਹਾਂਜੀ ਠੀਕ ਆ ਭਾਈ ਅਤੇ ਭਾਈ ਐਡਰੈਸ ਕੀ ਹੈਗਾ ਜੇ ਕਿਸੇ ਨੇ ਤੁਹਾਡੇ ਕੋਲ ਇੱਥੇ ਖਾਣ ਆਉਣਾ ਹੈਗਾ ਕੀ ਐਡਰੈਸ ਉਹਨਾਂ ਨੂੰ ਦੱਸੀਏ ਐਡਰੈਸ ਭਾਜੀ ਸਾਡਾ ਹੈਗਾ ਜੀ ਓਲਡ ਸ਼ਾਪੂ ਰੋਡ ਠੀਕ ਆ ਜੀ ਓਪੋਜ਼ਿਟ ਖੱਤਰੀ ਸਭਾ ਠੀਕ ਆ ਬਿਲਕੁਲ ਖੱਤਰੀ ਸਾਹਿਬ ਬਿਲਕੁਲ ਸਾਹਮਣੇ ਸਾਡਾ ਤੇ ਭਾਈ ਕਿਹੜੀ ਕਿਹੜੀ ਹੋਰ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨਾਨ ਤੋਂ ਇਲਾਵਾ ਕਿਹੜੇ ਕਿਹੜੇ ਨਾਨ ਹੈਗੇ ਆ ਉਹ ਦੱਸ ਦਿਓ ਨਾਨ ਭਾਜੀ ਸਾਡੇ ਕੋਲ ਇਹੀ ਆ ਆਪਣੇ ਮਿਕਸ ਵੈਜ ਆ ਠੀਕ ਹੈ ਆਲੂ ਪਿਆਜ਼ ਆ ਠੀਕ ਹੈ ਪਨੀਰ ਵਾਲਾ ਗੋਭੀ ਕੁਲਚਾ ਗਾਰਲਿਕ ਨਾਨ ਆ ਠੀਕ ਹੈ ਤੇ ਨਾਲ ਹੋਰ ਕੁਝ ਪੀਣ ਨੂੰ ਵੀ ਰੱਖਿਆ ਪੀਣ ਨੂੰ ਕੋਲਡ ਡਰਿੰਕ ਆ ਲੱਸੀ ਆ ਅੱਛਾ ਸਾਰੀ ਉਹ ਵੀ ਆਪ ਹੀ ਬਣਾਉਂਦੇ ਜਾਂ ਪੈਕਡ ਤਿਆਰ ਕੀਤੀ ਲੱਸੀ ਆਪਾਂ ਖੁਦ ਬਣਾਈ ਦੀ ਠੀਕ ਹੈ ਭਾਜੀ ਤੇ ਭਾਈ ਰੇਟ ਵੀ ਦੱਸ ਦਿਓ ਸਾਰਿਆਂ ਦੇ ਸਾਰੇ ਕੁਲਚਿਆਂ ਦੇ ਰੇਟ ਨਾਰਮਲ ਹੀ ਹੈ ਜੀ ਨਾਰਮਲ 50 ਰੁਪਏ ਆ ਹਾਂਜੀ ਤੇ ਇਸ ਤੋਂ ਪਹਿਲਾਂ ਕਿਹੜਾ ਕੰਮ ਕਰਦੇ ਸੀ ਭਾਈ ਤੁਸੀਂ ਪਹਿਲਾਂ ਭਾਜੀ ਮੈਂ ਪਹਿਲਾਂ ਤਾਂ ਕਰਦਾ ਸੀ ਬਿਲਡਿੰਗ ਮਟੀਰੀਅਲ ਦਾ ਕੰਮ ਹਾਂਜੀ ਤੇ ਉਹ ਥੋੜਾ ਕੋਈ ਪ੍ਰੋਬਲਮ ਆ ਗਈ ਸੀਗੀ ਫਿਰ ਕੀਤਾ ਟੈਕਸੀ ਦਾ ਸ਼ੁਰੂ ਬਿਲਕੁਲ ਫਿਰ ਕਰੋਨਾ ਆ ਗਿਆ ਹਾਂਜੀ ਫਿਰ ਭਾਜੀ ਮੇਰਾ ਬੇਟਾ ਬਿਮਾਰ ਹੋ ਗਿਆ ਤੇ ਫਿਰ ਆਪਾਂ ਨੂੰ 1.5-2 ਸਾਲ ਸਾਡੇ ਪੀ ਜੀ ਆਈ ਲੱਗ ਗਏ ਸਾਡੇ ਤੇ ਹਜੇ ਵੀ ਵੈਸੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਠੀਕ ਹੈ ਮਤਲਬ ਕਿ 4-5 ਸਾਲ ਦਾ ਟ੍ਰੀਟਮੈਂਟ ਹੈਗਾ ਬੇਸਿਕਲੀ ਅਸੀਂ ਵੀ ਤੁਹਾਡੇ ਕੋਲ ਮਤਲਬ ਕਿ ਨਾਨ ਖਾਣੀ ਆਏ ਹੈਗੇ ਸੀ ਬਟ ਭਾਈ ਨੇ ਜਿੱਦਾਂ ਕਿ ਭਾਜੀ ਮੈਨੂੰ ਲੈ ਕੇ ਆਏ ਹੈਗੇ ਆ ਤੇ ਉਹਨਾਂ ਨੇ ਦੱਸਿਆ ਇੱਦਾਂ ਦਾ ਦਿੱਕਤ ਹੈਗੀ ਤੇ ਮੈਂ ਕਿਹਾ ਚਲੋ ਭਾਈ ਉਹਨਾਂ ਨਾਲ ਗੱਲ ਕਰਦੇ ਆ ਤੇ ਨਾਲ ਜਿੰਨੀ ਵੀ ਸਾਡੀ ਪਠਾਨਕੋਟ ਦੇ ਏਰੀਆ ਹਨਾ ਜਨਤਾ ਹੈਗੀ ਉਹਨਾਂ ਨੂੰ ਪਤਾ ਲੱਗੇ ਹਨਾ ਜਾਂ ਦੇਖੋ ਜੀ ਸਾਨੂੰ ਕੰਮ ਸ਼ੁਰੂ ਕੀਤਾ ਹਾਂਜੀ ਕੰਮ ਤਾਂ ਹੀ ਚੱਲਦਾ ਜਦੋਂ ਆਪਣਾ ਸ਼ਹਿਰ ਆਪਣੇ ਲੋਕ ਨਾਲ ਹੋਣ ਹਾਂਜੀ ਹਾਂਜੀ ਕੰਮ ਵਧੀਆ ਚੱਲੇ ਬਿਲਕੁਲ ਹਨਾ ਭਾਈ ਪਤਾ ਕੀ ਹੈ ਤੁਸੀਂ ਚੀਜ਼ ਵੀ ਤੇ ਵਧੀਆ ਸਰਵ ਕਰ ਰਹੇ ਹੈਗੇ ਹਨਾ ਮੈਦਾ ਹੀ ਹੈ ਨਹੀਂ ਜਿਹਦੇ ਹਨਾ ਮੈਦਾ ਹੀ ਹੈ ਨਹੀਂ ਕੋਈ ਕੰਪਰੋਮਾਈਜ਼ ਨਹੀਂ ਹੈ ਕੁਆਲਿਟੀ 'ਚ ਕੋਈ ਲਾਮੇ ਵਾਲੀ ਗੱਲ ਨਹੀਂ ਹੈ ਕੋਈ ਕਮੀ ਨਹੀਂ ਹੋਏਗੀ ਮਤਲਬ ਮਟੀਰੀਅਲ 'ਚ ਕੋਈ ਕਮੀ ਨਹੀਂ ਆਏਗੀ ਬਿਲਕੁਲ ਤੇ ਤੁਸੀਂ ਦੇਸੀ ਘਿਓ ਵੀ ਲਿਖਿਆ ਹੋਇਆ ਉਹ ਵੀ ਯੂਜ਼ ਕਰਦੇ ਹੈਗੇ ਅਮੂਲ ਬਟਰ ਪਾਉਂਦੇ ਹੋ ਜਾਂ ਦੇਸੀ ਘਿਓ ਮਤਲਬ ਜੋ ਕਸਟਮਰ ਦੀ ਚੋਇਸ ਹੋਵੇ ਜੋ ਅਮੂਲ ਬਟਰ ਪੁੱਛ ਕੇ ਕਿਸੇ ਨੇ ਦੇਸੀ ਘਿਓ ਵਾਲਾ ਖਾਣਾ ਅੱਛਾ ਕਿਸੇ ਨੇ ਬਟਰ ਵਾਲਾ ਖਾਣਾ ਕੋਈ ਵਿਦਆਊਟ ਬਟਰ ਵੀ ਖਾਂਦਾ ਅੱਛਾ ਆਪਸ਼ਨ ਰੱਖਿਆ ਸਾਰਾ ਦੇ ਦਿੰਦੇ ਆ ਅੱਛਾ ਠੀਕ ਹੈ ਇੱਕ ਤਾਂ ਇਹ ਫਰਾਈ ਨਹੀਂ ਹੈਗਾ ਦੂਜਾ ਆਟਾ ਤੇ ਬੇਸਣ ਹੋ ਗਿਆ ਤੇ ਬੱਚੇ ਬਜ਼ੁਰਗ ਵੀ ਆਰਾਮ ਨਾਲ ਖਾ ਸਕਦੇ ਆ ਹਾਂਜੀ ਤੇ ਜਿਹੜਾ ਮਤਲਬ ਕਿ ਘਿਓ ਵਗੈਰਾ ਕਿਸੇ ਨੇ ਨਹੀਂ ਲਾਣਾ ਉਹ ਵੀ ਆਪਸ਼ਨ ਹੈਗਾ ਕਿ ਨਹੀਂ ਲਾ ਕੇ ਦੋ ਤੇ ਪੂਰਾ ਹੈਲਥੀ ਹੈਗਾ ਵਾ ਹਨਾ ਤੇ ਚਨੇ ਭਾਈ ਕਿੱਦਾਂ ਕਿਹੜੇ ਯੂਜ਼ ਕਰਦੇ ਤੁਸੀਂ ਹਾਂਜੀ ਚਨੇ ਸਾਡੇ ਇੱਕ ਨੰਬਰ ਹੈ ਕੋਈ ਤੜਕਾ ਨਹੀਂ ਲੱਗਾ ਹੋਇਆ ਬੜੇ ਮਸਾਲੇ ਪਾਏ ਨੇ
ਛੋਲੇ ਸਾਡੇ ਇੱਕ ਨੰਬਰ ਆ। ਇਹ ਵੀ ਵਿਦਆਊਟ ਆਇਲ ਹੀ ਬਣਾਇਆ ਹੋਣਾ। ਹਾਂਜੀ ਹਾਂਜੀ ਚਰਿਆਂ ਨੂੰ ਤੁਸੀਂ। ਹਾਂਜੀ ਹਾਂਜੀ ਕੋਈ ਤੜਕਾ ਨਹੀਂ ਲੱਗਿਆ ਇਹਨੂੰ। ਆਪਾਂ ਤੇ ਪ੍ਰਮੋਟ ਕਰਾਂਗੇ, ਤੁਸੀਂ ਵੀ ਇੱਕ ਵਾਰੀ ਕਹਿ ਦਿਓ ਸਾਰਿਆਂ ਨੂੰ ਕਿ ਸਾਰੇ ਤੁਹਾਡੇ ਕੋ ਵੱਜ ਚੜ ਕੇ ਆਣ ਹਨਾ। ਤੇ ਸਾਨੂੰ ਪਠਾਨਕੋਟ ਵਾਸੀਆਂ ਦਾ ਸਾਥ ਚਾਹੀਦਾ ਹੈ। ਪਠਾਨਕੋਟ ਤੋਂ ਅਸੀਂ ਕਹਿੰਦੇ ਆ ਕਿ ਇੱਕ ਵਾਰੀ ਤੁਸੀਂ ਆਓ, ਸਾਡਾ ਟੇਸਟ ਜ਼ਰੂਰ ਚੈੱਕ ਕਰੋ। ਪਰ ਇਹ ਗੱਲ ਇਹ ਕਹਿੰਦੇ ਕਿ ਤੁਹਾਨੂੰ 100% ਪਸੰਦ ਆਏਗਾ ਹੀ ਆਏਗਾ ਸੀ। ਬਿਲਕੁਲ। ਤੇ ਭਾਜੀ ਤੁਸੀਂ ਆਨਲਾਈਨ ਕਿਸੇ ਪਲੇਟਫਾਰਮ ਤੇ ਹੈਗੇ ਹੋ? ਸਵੀਗੀ ਜਾਂ ਜ਼ੋਮੈਟੋ ਤੇ ਹੈਗੇ ਹੋ? ਹਾਂ ਜ਼ੋਮੈਟੋ ਤੇ ਹੈਗੇ ਆ। ਅੱਛਾ, ਸਵੀਗੀ ਤੇ ਨਹੀਂ ਹੈਗੇ, ਜ਼ੋਮੈਟੋ ਤੇ ਹੈਗੇ ਹੋ? ਹਾਂਜੀ ਹਾਂਜੀ। ਚਲੋ ਬਹੁਤ ਵਧੀਆ। ਤੇ ਜਿੰਨੇ ਵੀ ਪਠਾਨਕੋਟ ਦੀ ਜਨਤਾ ਹੈਗੀ ਹੈ, ਜੇ ਆਪਣੇ ਘਰ ਬਹਿ ਕੇ ਆਰਡਰ ਕਰਨਾ ਚਾਹੁੰਦੀ ਹੈ, ਚੈੱਕ ਕਰਨਾ ਚਾਹੁੰਦੀ ਹੈ, ਜ਼ੋਮੈਟੋ ਤੇ ਕਰ ਸਕਦੇ ਹੈਗੇ ਹੋ? ਚਟਨੀ ਖਾਦੀ ਹੈ ਇਮਲੀ ਜੇ ਨਾਲ ਦੇ ਚਟਨੀ ਹੈ ਪੁਦੀਨੇ ਦੀ। ਅੱਛਾ ਹਾਂਜੀ, ਇਹ ਪਿਆਜ਼ ਕੜੀ ਪਾ ਕੇ ਪਾਇਆ। ਠੀਕ ਹੈ। ਤੁਹਾਡੀ ਨਜ਼ਰਾਂ ਦੇ ਵਿੱਚ ਤੁਹਾਡਾ ਬੈਸਟ ਸੈਲਿੰਗ ਕਿਹੜਾ ਹੈਗਾ, ਜਿਹੜਾ ਤੁਹਾਨੂੰ ਵੀ ਸਾਰਿਆਂ ਨੂੰ ਪਸੰਦ ਹੋਵੇ ਕਿ ਆਹ ਕੁਲਚਾ ਬੜਾ ਸਵਾਦ ਹੈ ਸਾਨੂੰ? ਕਿਹੜਾ ਸਵਾਲ ਲੱਗਦਾ ਸਾਨੂੰ? ਤੇ ਆਹੀ ਨਹੀਂ, ਸਾਰੇ ਤੇ ਹੁੰਦੇ ਆ। ਠੀਕ ਹੈ, ਸਾਰੇ ਵਧੀਆ ਨੇ। ਇੱਕ ਦੱਸੋ ਕੋਈ ਸਾਨੂੰ ਕਿਹੜਾ? ਸਾਨੂੰ ਤੇ ਆਹੀ ਆਲੂ ਪਿਆਜ਼ ਵਾਲਾ ਬੈਸਟ ਲੱਗਦਾ। ਭਾਜੀ ਤੁਹਾਨੂੰ ਕਿਹੜਾ ਵਧੀਆ ਲੱਗਦਾ? ਆਲੂ ਪਿਆਜ਼ ਵਾਲਾ। ਤੁਸੀਂ ਵੀ ਆਲੂ ਪਿਆਜ਼ ਵਾਲਾ? ਫਿਰ ਭਾਜੀ ਤਿੰਨ ਆਲੂ ਪਿਆਜ਼ ਵਾਲੇ ਤੁਸੀਂ ਸਾਡੇ ਲਈ ਲਗਾਓ। ਤੁਸੀਂ ਬਣਾਓਗੇ ਨਾ, ਅਸੀਂ ਉਹ ਵੀ ਦੱਸਾਂਗੇ ਪਠਾਨਕੋਟ ਦੀ ਜਨਤਾ ਨੂੰ ਕਿੱਦਾਂ ਭਾਈ ਉਹਨੇ ਪੂਰਾ ਸਾਫ਼ ਸਫਾਈ ਨਾਲ ਇਹ ਸਾਰੀਆਂ ਚੀਜ਼ਾਂ ਬਣਾਉਂਦੇ ਹੈਗੇ ਆ। ਠੀਕ ਹੈ, ਚਲੋ ਤਿੰਨ ਨਹੀਂ, ਮੈਂ ਦੇਖਿਆ ਸਾਰਾ ਨੀਟ ਐਂਡ ਕਲੀਨ ਹੈਗਾ, ਸਾਰਾ ਵਧੀਆ ਕੀਤਾ ਦਾ ਤੇ। ਬਿਲਕੁਲ ਬਿਲਕੁਲ, ਸਫਾਈ ਦਾ ਪੂਰਾ ਧਿਆਨ ਰੱਖੀਦਾ। ਬਿਲਕੁਲ। ਇਹ ਆਲੂ ਪਿਆਜ਼ ਦੀ ਸਟਫਿੰਗ ਹੈ ਭਾਜੀ? ਜੀ ਸਰ। ਠੀਕ ਹੈ। ਫਿਲਿੰਗ ਦੇਖ ਲਓ, ਕੋਈ ਕਮੀ ਨਹੀਂ ਹੈ। ਫਿਲਿੰਗ ਚੰਗੀ ਭਰ ਕੇ ਕੀਤੀ ਹੈਗੀ ਆ। ਘਰ ਦੀ ਰੋਟੀ ਜਿੱਦਾਂ ਹੁੰਦੀ ਆ ਓਦਾਂ ਹੀ ਬਣੇ ਕਰਦਾ ਹੈਗਾ, ਤੇ ਇੱਥੇ ਪਤਾ ਲੱਗ ਜਾਂਦਾ ਕਿ ਆਟਾ ਹੀ ਹੈਗਾ ਵਾ ਇਹਦੇ ਵਿੱਚ। ਬਿਲਕੁਲ ਬਿਲਕੁਲ। ਭਾਈ ਆ ਕੀ ਲਾਇਆ ਉੱਤੇ? ਡਾਲਡਾ ਵਾ ਇਹਦੇ ਨਾਲ ਕਰਾਰਾ ਪਾਉਂਦਾ ਔਰ ਲਾਲ ਗਈ ਹੁੰਦੀ। ਠੀਕ ਆ। ਸਾਡੇ ਜਿਹੜੇ ਨਾਨ ਹੈਗੇ ਆ ਲੱਗ ਚੁੱਕੇ ਹੈਗੇ ਆ ਤੰਦੂਰ ਦੇ ਵਿੱਚ, ਅਤੇ ਹੁਣ ਥੋੜ੍ਹਾ ਟਾਈਮ ਆਪਾਂ ਵੇਟ ਕਰਦੇ ਹੈਗੇ ਹਾਂ, ਅਤੇ ਫਿਰ ਤੁਹਾਨੂੰ ਖਾ ਕੇ ਰਿਵਿਊ ਕਰਕੇ ਦੱਸਦੇ ਹੈਗੇ ਹਾਂ। ਹਾਂਜੀ ਭਾਈ, ਕਿੱਦਾਂ ਲੱਗਾ ਫਿਰ ਕੁਲਚਾ? ਬਹੁਤ ਵਧੀਆ ਸਰ। ਪਹਿਲੀ ਵਾਰੀ ਆਏ ਖਾਣ ਜਾਂ ਪਹਿਲਾਂ ਆਏ? ਆਉਂਦੇ ਰਹੀਦਾ ਹੈਗਾ ਵਾ। ਵਧੀਆ ਲੱਗਾ? ਬਹੁਤ ਵਧੀਆ। ਮੈਦਾ ਤਾਂ ਨਹੀਂ ਪਾਇਦਾ ਇਹਨਾਂ ਵਿੱਚ? ਨਹੀਂ, ਆਟੇ ਦਾ ਸਰ, ਪਿਓਰ ਆਟਾ। ਜੋ ਕਹਿ ਰਹੇ ਆ ਸਹੀ ਗੱਲ ਹੈ ਨਾ? ਬਿਲਕੁਲ ਸਰ। ਚਲੋ ਤੁਸੀਂ ਵੀ ਅਪੀਲ ਕਰ ਦਿਓ ਕਿ ਪਠਾਨਕੋਟ ਦੀ ਜਨਤਾ ਨਾਲ ਸਾਰੇ ਆਣ। ਜਨਤਾ ਨੂੰ ਅਪੀਲ ਹੈ ਕਿ ਬਹੁਤ ਵਧੀਆ ਮੈਦੇ ਤੋਂ ਰਹਿਤ। ਬਿਲਕੁਲ, ਬੜਾ ਵਧੀਆ ਕੁਲਚਾ ਨਾਲ ਬਣਾਉਂਦੇ ਨੇ, ਇੱਥੇ ਆ ਕੇ ਜ਼ਰੂਰ ਇੱਕ ਵਾਰ ਟਰਾਈ ਕੀਤਾ ਜਾਏ। ਸ਼ੁਕਰੀਆ ਭਾਅ ਜੀ, ਬਹੁਤ ਧੰਨਵਾਦ। ਸਾਡੀ ਆ ਗਈ ਚਟਨੀ। ਕਿਆ ਬਾਤ ਹੈ। ਠੀਕ ਹੈ ਸਰ। ਇਮਲੀ ਦੇ ਅਨਾਰਦਾਨੇ ਦੀ ਹੈ। ਇਮਲੀ, ਅਨਾਰਦਾਨਾ, ਪੁਦੀਨਾ, ਧਨੀਆ, ਸਭ ਚੀਜ਼ ਮਿਕਸ ਹੈ। ਇੱਕ ਚੀਜ਼ ਹੋਰ ਬਹੁਤ ਵਧੀਆ ਤੁਹਾਡੀ ਦਿਲ ਵਾਲੀ ਪਲੇਟਾਂ, ਮੈਂ ਪਹਿਲੀ ਵਾਰੀ ਦੇਖ ਰਿਹਾ। ਇਹ ਤੁਹਾਡੇ ਹੀ ਇੱਥੇ ਹੋਣੀ ਆ, ਮੈਂ ਬਾਕੀ ਨਹੀਂ ਕਿਤੇ ਦੇਖਿਆ ਹੈਗੀ। ਚਨੇ ਠੀਕ ਹੈ ਜੀ, ਚਨੇ ਸਾਡੇ। ਬਿਲਕੁਲ ਸਿੰਪਲ ਚਨੇ ਆ, ਬਿਲਕੁਲ ਕੋਈ ਤੜਕਾ ਨਹੀਂ, ਕੋਈ ਕੁਛ ਨਹੀਂ, ਕੋਈ ਪਿਆਜ਼ ਨਹੀਂ, ਸਾਰੇ ਖਾ ਸਕਦੇ ਹੈਗੇ। ਹਾਂ, ਸਭ ਕੋਈ ਖਾ ਬਾਹਰ ਵਧੀਆ ਖਾ ਦਿੰਦਾ ਜੀ।
ਪੂਰਾ ਇਕਦਮ ਕ੍ਰਿਸਪੀ ਆ। ਬੇਸਣ ਦੇ ਨਾਲ ਕਲਰ ਵੀ ਯੈਲੋ ਹੋ ਗਿਆ ਇਹਦਾ। ਸਹੀ ਆ, ਆ ਗਿਆ ਜੀ ਅਮੂਲ ਬਟਰ ਜਿਹੜਾ ਸਾਰਿਆਂ ਦੀ ਪਸੰਦ ਆ। ਭਾਈ ਸਾਰਿਆਂ ਨੂੰ ਇੱਦਾਂ ਹੀ ਚਸ ਕੇ ਦਿੰਦੇ ਹੋ? ਸਾਰਿਆਂ ਨੂੰ, ਸਾਰਿਆਂ ਨੂੰ ਮਹਾਰਾਜ। ਫਿਰ ਠੀਕ ਆ, ਬੱਚਾ ਹੈ, ਬੁੱਢਾ ਹੈ, ਜਵਾਨ ਹੈ, ਕੋਈ ਹੈ, ਸਾਰਿਆਂ ਨੂੰ ਅਮੂਲ ਘੱਟ ਕੇ ਦਿੰਦੇ ਪੂਰਾ। ਜਿੱਦਾਂ ਸਾਨੂੰ ਅਮੂਲ ਦਾ ਹੀ ਹੈ ਜੀ, ਜਿੱਦਾਂ ਕੱਪੜੇ ਨੂੰ ਸਾਬਣ ਲਾਈਦਾ ਨਾ ਉਦਾਂ ਲਾਈਦਾ। ਸਹੀ ਗੱਲ ਹੈ, ਸਹੀ ਗੱਲ ਹੈ। ਆਪਣੀ ਪਲੇਟ ਮਾਪੇ ਲੈ ਆ। ਸਹੀ ਨੀ ਭਾਜੀ? ਖਾਣ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਅਰੋਮਾ ਬਹੁਤ ਜ਼ਬਰਦਸਤ ਆ ਰਿਹਾ ਵਾ, ਅਤੇ ਜੋ ਤੁਸੀਂ ਕਿਹਾ ਸੀ ਨਾ ਅਤੇ ਜੋ ਕਹਿ ਕੇ ਤੁਸੀਂ ਲਿਆਏ ਹੈਗੇ ਹੋ ਉਹ ਵਰਥ ਹੋ ਗਿਆ ਕੰਮ। ਥੋੜ੍ਹਾ ਵੇਟ ਆਪਾਂ ਜ਼ਰੂਰ ਕੀਤਾ, ਬਹੁਤ ਜ਼ਿਆਦਾ ਵੇਟ ਕੀਤਾ। ਵੱਡੇ ਭਾਅ ਜੀ ਨਾਰਾਜ਼ ਹੋ ਰਹੇ ਹੋਣੇ ਆ, ਉਹ ਯਾਰ ਵੇਟ ਕਰ ਰਹੇ, ਮੇਰੇ ਵਾਸਤੇ ਵੀ ਆ ਰਹੇ। ਨਹੀਂ ਕੋਈ ਨਹੀਂ, ਉਹਨਾਂ ਵਾਸਤੇ ਪੈਕ ਕਰਾ ਲਾਂਗੇ ਇੱਕ। ਜ਼ਰੂਰ ਜ਼ਰੂਰ ਇੱਕ ਪੈਕ ਕਰਵਾ ਲਾਂਗੇ ਨਾ। ਹੋਰ ਕੀ ਕਰੀਏ, ਸ਼ੁਰੂ ਕਰੀਏ? ਹਾਂਜੀ, ਤੁਸੀਂ ਖਾ ਕੇ ਮੈਨੂੰ ਰਿਵਿਊ ਦੱਸੋ ਇੱਕ ਵਾਰੀ, ਯਾਰ ਚੰਗੇ ਤਰੀਕੇ ਡਿਪ ਕਰੋ। ਹਾਂ, ਪਹਿਲੇ ਤਾਂ ਮੇਰਾ ਸਟਾਈਲ ਜੋ ਹੈ, ਮੈਂ ਚਟਨੀ ਨੂੰ ਅਤੇ ਪਿਆਜ਼ ਨੂੰ ਐਵੇਂ ਪਾਉਂਦਾ, ਠੀਕ ਹੈ, ਮੇਰਾ ਮੂੰਹ ਨਾ ਆਏ ਵਿੱਚ ਖਾਣ ਤੋਂ ਬਾਅਦ। ਲੈ ਸਹੀ ਹੈ, ਰੂਹ ਖੁਸ਼ ਹੋ ਗਈ। ਇੰਨਾ ਕਰਾਰਾ ਪਾਪੜ ਨਹੀਂ ਹੁੰਦਾ ਜਿੰਨਾ ਕਰਾਰਾ। ਬਿਲਕੁਲ। ਅਤੇ ਇੱਕ ਗੱਲ ਦੱਸਦਾ ਭਾਈ ਨੇ ਵੇਟ ਬਹੁਤ ਜ਼ਿਆਦਾ ਕੀਤੀ ਹੈ ਮੇਰੇ ਕਰਕੇ, ਅਤੇ ਉਹਦੇ ਲਈ ਭਾਈ ਯਾਰ ਵੀਡੀਓ ਦੇ ਵਿੱਚ ਹੀ ਸੋਰੀ ਯਾਰ, ਬਹੁਤ ਜ਼ਿਆਦਾ ਹੋ ਗਿਆ ਸੀ, ਇੰਨਾ ਨਹੀਂ ਹੋਣਾ ਚਾਹੀਦਾ ਲੇਟ ਨਾ। ਅਤੇ ਹੁਣ ਇਹ ਸਾਡੇ ਚੰਡੀਗੜ੍ਹ ਵਾਲੇ ਭਰਾ ਦੀ ਵਾਰੀ ਆ, ਬੜੇ ਟਾਈਮ ਦੇ ਬਾਅਦ ਹੈ ਨਾ, ਬਹੁਤ ਟਾਈਮ ਹੋ ਗਿਆ। ਇਹ ਆ ਗਈ ਜੀ ਬਾਈਟ। ਚਿੱਕੀ ਇੱਕ ਚੀਜ਼ ਜ਼ਰੂਰ ਦੱਸਣੀ ਆ ਕਿ ਬੇਸਣ ਅਤੇ ਆਟਾ ਸੱਚੀ ਹੈਗਾ ਵਾ ਕਿ ਐਵੇਂ ਆ, ਠੀਕ ਆ? ਮੈਦੇ ਵਾਲਾ ਕੋਈ ਕੰਮ ਨਹੀਂ ਹੈਗਾ, ਬਿਲਕੁਲ ਕ੍ਰਿਸਪੀ, ਜਿੰਨਾ ਕਿ ਕ੍ਰਿਸਪੀ ਆ ਨਾ ਇਹ ਬੇਸਣ ਕਰਕੇ ਹੀ ਆ। ਜਿਹੜਾ ਮੈਦਾ ਹੁੰਦਾ ਵਾ ਉਹ ਤੋੜਨ ਵੇਲੇ ਦਿੱਕਤ ਹੁੰਦੀ ਹੈਗੀ ਆ, ਨਾਲੇ ਜਿੱਦਾਂ ਉਹ ਕਹਿੰਦੇ ਵੇ ਸੀ ਨਾ ਪਹਿਲੇ ਕਿ ਜਦੋਂ ਆਪਾਂ ਨੂੰ ਬੇਲਦੇ ਆ, ਹਾਂ ਹਾਂ, ਆਪਾਂ ਦੇਖਿਆ ਨਾ ਜਦੋਂ ਨਾਨ ਬਣਾਉਂਦੇ ਤਾਂ ਉਂਗਲਾਂ ਨਾਲ ਹੀ ਉਂਗਲ ਕਰ ਦਿੰਦੇ ਕਰ ਦਿੰਦੇ ਕਰ ਇਹਨੂੰ ਤੁਸੀਂ ਨਹੀਂ ਕਰ ਸਕਦੇ, ਜਦੋਂ ਆਮ ਰੋਟੀ ਆਪਾਂ ਹਾਰਡ ਹੁੰਦਾ ਨਾ, ਮਾਮਾ ਰੋਟੀ ਬਣਾਉਂਦੀ ਤੇ ਬੇਲਣੇ ਨਾ ਖਿੱਚਣਾ ਪੈਂਦਾ, ਖਿੱਚਣਾ ਪੈਂਦਾ ਇਹ ਹਾਰਡ ਹੁੰਦਾ, ਡਰਾਈ ਹੁੰਦਾ ਨਾ, ਬਿਲਕੁਲ ਇਹਦੀ ਇਹੀ ਪਛਾਣ ਹੈ ਕਿ ਖਿਚੋ ਨਹੀਂ ਰਿਹਾ, ਖਿਚੋ ਨਹੀਂ ਰਿਹਾ, ਤੇ ਮੈਦਾ ਨਹੀਂ ਹੈ। ਮੈਂ ਵੀ ਕਰਾਂ ਫਿਰ ਟਰਾਈ ਇੱਕ ਵਾਰੀ, ਕ੍ਰਿਸਪੀ ਬਿਲਕੁਲ ਬਿਲਕੁਲ ਕਰੋ ਟਰਾਈ ਵਾਰੀ ਆ ਗਈ ਆਪਣੀ। ਥੋੜ੍ਹੀ ਜਿਹੀ ਇਹਨਾਂ ਦੀ ਚਟਨੀ ਆ ਗਈ, ਲਗਾ ਲਈ ਚਟਨੀ ਬਹੁਤ ਜ਼ਬਰਦਸਤ ਹੈ, ਅਤੇ ਇਹਨਾਂ ਦੇ ਚਣੇ ਆ ਗਏ ਹੈਗੇ ਆ, ਅਤੇ ਬਾਈਟ ਜਿਹੜੀ ਮੈਂ ਥੋੜ੍ਹੀ ਹੈਵੀ ਰੱਖਦਾ ਹੈਗਾ, ਮੈਨੂੰ ਛੋਟੀ ਦਾ ਨਾ ਆਪਣੇ ਹਿਸਾਬ ਦੇ ਨਾਲ ਗੱਲਬਾਤ ਬਣਦੀ ਨਹੀਂ, ਇਸ ਕਰਕੇ ਬਾਈਟ ਹੈਵੀ ਰੱਖਦਾ ਮੈਂ ਥੋੜ੍ਹੀ ਜਿਹੀ।
ਕਿੱਦਾਂ ਫਿਰ ਪਹਿਲੀ ਵਾਰ ਇੱਕ ਤੇ ਪਹਿਲੀ ਗੱਲ ਤੇ ਨਾ ਪ੍ਰਾਈਸ ਬਹੁਤ ਹੀ ਜ਼ਿਆਦਾ ਜੈਨੂਅਨ ਜਾਗਾ ਆਮ ਆਪਾਂ ਆਮ ਵੀ ਰੇਹੜੀਆਂ ਤੋਂ ਖਾਂਦੇ ਹਾਂ ਉਹ ਵੀ 40-50 ਰੁਪਏ ਤੋਂ ਘੱਟ ਜਾਂਦੇ ਹੋਰ ਆਪਾਂ ਕੀ ਖਾ ਰਹੇ ਮੈਦਾ ਬੰਦਾ ਡਾਇਟ ਵਾਇਟ ਤੇ ਹੁੰਦਾ ਵਾ ਬੰਦਾ ਦਿਲ ਕਰਦਾ ਹੈਗਾ ਕਿ ਆਪਾਂ ਵਧੀਆ ਚੀਜ਼ ਖਾਣੀ ਹੈ ਕੋਈ ਅਤੇ ਜਾਂ ਟੇਸਟ ਵਾਲੀ ਖਾਣੀ ਹੈਗੀ ਆ ਅਤੇ ਯਾਰ ਇਹ ਬਹੁਤ ਵਧੀਆ ਆਪਸ਼ਨ ਹੈਗਾ ਵਾ ਨਾਨ ਖਾਣ ਦਾ ਇਹ ਆਉਂ ਹੈ ਜਿੱਦਾਂ ਦੇਖੋ ਨਾ ਇਹ ਚਨੇ ਹੈ ਅਗਲੇ ਕਹਿੰਦੇ ਵੀ ਕਿ ਇਹਨੂੰ ਤੜਕਾ ਤੱਕ ਨਹੀਂ ਲਾਇਆ ਘਰ ਦੀ ਚੀਜ਼ ਹੋ ਗਈ ਇਹ ਵੀ ਬਿਲਕੁਲ ਇਮਲੀ ਇਮਲੀ ਚਟਨੀ ਬਣਾਈ ਹੈ ਇਹਦੇ ਵੀ ਕੋਈ ਸਾਈਡ ਇਫੈਕਟ ਨਹੀਂ ਹੈ ਇਹ ਤਾਂ ਹੈ ਹੀ ਆ ਨਾ ਬਈ ਕੁਰਕਣਾ ਬੜਾ ਜ਼ਿਆਦਾ ਹੈਗਾ ਜਿੱਦਾਂ ਘਰ ਆਟੇ ਦੇ ਵਿੱਚ ਬੇਸਣ ਵਾਲੀ ਰੋਟੀ ਨਹੀਂ ਬੇਸਣ ਵਾਲੀ ਰੋਟੀ ਨਹੀਂ ਬਣਾਉਂਦੇ ਹੈਗੇ ਮੇਰੇ ਸਾਨੂੰ ਪਕੌੜਿਆਂ ਨਾਲ ਜ਼ਿਆਦਾ ਕਰਾਰਾ ਤਿਆ ਹੈ ਸਹੀ ਹੈ ਨਾ ਕ੍ਰਿਸਪੀ ਪੂਰਾ ਇੱਕ ਚੀਜ਼ ਹੋਰ ਬਈ ਦਿਲ ਵਾਲੀ ਕੋਲੀਆਂ ਦੇਖੀਆਂ ਕਦੀ ਨਹੀਂ ਕਿਤੇ ਦਿਲ ਵਾਲੀ ਕੋਲੀਆਂ ਹਾਂ ਖੁਸ਼ ਹੋ ਕੇ ਬੰਦਾ ਖਾਏ ਨਹੀਂ ਇਹ ਦੇਖੀਆਂ ਤੁਸੀਂ ਕਦੀ ਨਹੀਂ ਦੇਖੀਆਂ ਸਾਡੇ ਘਰਾਂ ਦੇ ਵਿੱਚ ਵੀ ਆਮ 3 ਮਨ ਪਲੇਟ ਹੁੰਦੀ ਹੈ ਤੂੰ ਦੇਖੀ ਕਦੀ ਦਿਲ ਵਾਲੀ ਇੱਥੇ ਦੇਖੀ ਨਾ ਦਿਲ ਵਾਲੀ ਫਿਰ ਜਿੰਨੇ ਵੀ ਮਤਲਬ ਕਿ ਵਿਆਹ ਦੇ ਭਰਾ ਹੈਗੇ ਸਾਡੇ ਮਤਲਬ ਸਾਡੇ ਜੋ ਤੁਸੀਂ ਮੈਰਿਡ ਹੋ ਅਤੇ ਵੀਡੀਓ ਦੇ ਮਾਧਿਅਮ ਦੇ ਨਾਲ ਸਾਨੂੰ ਕਹਿ ਦੇਣਾ ਚਾਹੀਦਾ ਕਿ ਸਾਡੇ ਜੋੜੀਆਂ ਜ਼ਰੂਰ ਜੋੜੀਆਂ ਨਹੀਂ ਜ਼ਰੂਰ ਜਿੰਨੇ ਵੀ ਬੰਦੇ ਹੈਗੇ ਨੇ ਉਹਨਾਂ ਨੂੰ ਵਿਚਾਰੀਆਂ ਦਿਲ ਵਾਲੀ ਕੋਲੀਆਂ 'ਚ ਰੋਟੀ ਮਿਲੇ ਘਰ ਨਵੀਂ ਡਿਮਾਂਡ ਆਈ ਸਹੀ ਗੱਲ ਹੈ ਮੇਰਾ ਵੀ ਆਦਤ ਆ ਗਈ ਹੈ ਮੈਂ ਬਾਈਕ ਵੱਡੀ ਲੈਣਾ ਹਾਂ ਦੋ ਵੀਡੀਓ ਬਣਾ ਰਹੇ ਤੇ ਸ਼ਾਇਦ ਬੜੀ ਸ਼ਰਮ ਵੀ ਆਈ ਲੇਕਿਨ ਮੈਂ ਫੁਲਕਾ ਮੈਂ ਨਾ ਦੋ ਗ੍ਰਾਈਆਂ ਦੇ ਖਤਮ ਕਰਦਾ ਭਾਜੀ ਐਕਚੁਅਲੀ ਜਿਹੜਾ ਟੇਸਟ ਇਦਾਂ ਹੀ ਹੁੰਦਾ ਭਾਜੀ ਜਿਹੜਾ ਟੇਸਟ ਹੈ ਜੋ ਮਤਲਬ ਸਵਾਦ ਹੁੰਦਾ ਵੱਡੀ ਬਾਈਟ ਖਾਣ ਤੋਂ ਬਾਅਦ ਹੀ ਥੋੜਾ ਪਤਾ ਚੱਲਦਾ ਜੀ ਥੋੜੀ ਦੇਰ ਤੱਕ ਇਹਦੇ ਸਵਾਦ ਆਏ ਸਾਡੀ ਜੀਭ ਨੂੰ ਵੀ ਸੈਂਸਿਸ ਮਤਲਬ ਉਹ ਕਰਦੇ ਟਾਈਮ ਲੱਗਦਾ ਤੇ ਫਿਰ ਬਾਈਟ ਪੀ ਵੀ ਚਾਹੀਦੀ ਹੋਵੇ ਹੁਣ ਆਪਾਂ ਜਿਵੇਂ ਨਾ ਪਠਾਨਕੋਟ 'ਚ ਹੋਰ ਵੀ ਜਗ੍ਹਾ 'ਚ ਖਾਣੇ ਆ ਠੰਡਾ ਜੋ ਗਰਮ ਗਰਮ ਖਾ ਲਿਆ ਤਾਂ ਠੀਕ ਹੈ ਹਾਂ ਠੰਡਾ ਠੰਡਾ ਹੋ ਜਾਏ ਇਲਾਸਟਿਕ ਤੇ ਵੀਡੀਓ ਦੇ ਚੱਕਰ 'ਚ ਨਹੀਂ ਜਾਂਦਾ ਇਹ ਵੀਡੀਓ ਚੱਕਰ 'ਚ ਕਿੰਨਾ ਕਿੰਨੀ ਦੇਰ ਮਤਲਬ ਪਿਆ ਰਿਹਾ ਠੰਡਾ ਹੋ ਗਿਆ ਤਾਂ ਬਟ ਫਿਰ ਵੀ ਆਪਾਂ ਖਾ ਰਹੇ ਬੜੀ ਈਜ਼ੀ ਇਹਦੇ ਅੰਦਰ ਬਿਲਕੁਲ ਵੀ ਉਹ ਰਿਹਾ ਨਹੀਂ ਬਟਰ ਰਿਹਾ ਹੀ ਨਹੀਂ ਰਿਹਾ ਪੂਰਾ ਸੋਫ ਰਿਹਾ ਤੇ ਜੇ ਕਿਤੇ ਮੈਦੇ ਵਾਲਾ ਹੁੰਦਾ ਬਟਰ ਨਾ ਨਾ ਹੋਵੇ ਸਾਨੂੰ ਚਣੇ ਦੀ ਵੀ ਤਰੀ ਚਾਹੀਦੀ ਤਾਂ ਕਿ ਉਹ ਖਾਧਾ ਜਾਏ ਭਾਈ ਇੱਕ ਹੋਰ ਚੀਜ਼ ਕਰਨ ਉਹਨੂੰ ਦੇਖਿਆ UK 07 ਰਾਈਡਰ ਵਾਲੇ ਨੂੰ ਇਹ ਭਾਜੀ ਪੂਰੇ ਅਨੁਰਾਗ ਹੀ ਲੱਗ ਰਿਹਾ ਹੈਗਾ ਤੇ ਮੈਂ ਜ਼ਰੂਰ ਗਾਈ ਦੇ ਮੈਂ ਕਲਿੱਕ ਬੇਟ ਜ਼ਰੂਰ ਲਵਾਂਗਾ ਇਸ ਚੀਜ਼ ਦਾ ਮੈਂ ਪਾਵਾਂਗਾ ਕਿ ਇੰਜੋਇੰਗ ਨਾਨ ਵਿਦ ਅਨੁਰਾਗ ਨਹੀਂ ਯਾਰ ਮੈਂ ਭਾਜੀ ਦੀ ਪਰਸਨੈਲਿਟੀ ਅਨੁਰਾਗ ਤੋਂ ਵੱਧ ਹੈਗੀ ਆ ਉਹ ਤੇ ਨਾਲ ਪਤਲਾ ਜਿਹਾ ਭਾਜੀ ਦਾ ਸਰੀਰ ਵੀ ਵਧੀਆ ਇੱਕਦਮ ਛੋਲੇ ਛੋਲੇ ਹੈਗੇ ਆ ਨਾ ਟੈਟੂ ਟੂਟੂ ਸਭ ਕੁਝ ਗੱਡੀਆਂ ਦਾ ਵੀ ਟੈਟੂ ਬਣਾਏ ਤੁਸੀਂ ਸਹੀ ਗੱਲ ਹੈ ਇਹ ਮੀਨਿੰਗਫੁਲ ਹੈਗੇ ਨੇ ਦੇਖੋ ਸਾਡੇ ਭੋਲੇਨਾਥ ਜੀ ਦਾ ਟੈਟੂ ਹੈ ਸਭ ਤੋਂ ਪਹਿਲਾਂ ਜਿਹੜਾ ਦੂਰੋਂ ਹੀ ਲੱਭ ਲਿਆ ਤੇ ਗੱਡੀਆਂ ਦਾ ਵੀ ਭਾਜੀ ਨੂੰ ਸ਼ੌਂਕ ਹੈਗਾ ਵਾ ਠੀਕ ਹੈ ਤੇ ਮੋਟਰਸਾਈਕਲਾਂ ਦਾ ਵੀ ਸ਼ੌਂਕ ਹੈਗਾ ਵਾ ਤੇ ਘੁੰਮਣ ਫਿਰਨ ਦਾ ਵੀ ਨਾਲ ਉਹ ਜਿੱਦਾਂ ਅਨੁਰਾਗ ਕਰਦਾ ਮੈਨੂੰ ਬੇਕ ਹੋਇਆ ਗਿਆ ਬਹੁਤ ਵਧੀਆ ਭਾਈ ਰੀਫਿਲਿੰਗ ਜਿੰਨੀ ਮੇਰੀ ਮਰਜ਼ੀ ਕਰਾਓ ਸਬਜ਼ੀਆਂ ਦੀ ਸਬਜ਼ੀ ਦਾ ਕੋਈ ਚੱਕਰ ਨਹੀਂ ਪਠਾਨਕੋਟ ਦੇ ਨਾ ਕਿਸੇ ਰੈਸਟੋਰੈਂਟ 'ਚ ਗਿਆ ਪੁਰਾਣੀ ਗੱਲ ਹੈ 2-3 ਸਾਲ ਪੁਰਾਣੀ ਬਹੁਤ ਅੱਛਾ ਰੈਸਟੋਰੈਂਟ ਹੈ ਚਲੋ ਕੰਮ ਹਰ ਇੱਕ ਦਾ ਚੱਲਣਾ ਚਾਹੀਦਾ ਉਹਨਾਂ ਦਾ ਵੀ ਕੰਮ ਚੱਲਿਆ ਮੈਂ ਗਿਆ ਆਪਣੀ ਫੈਮਿਲੀ ਨਾਲ ਅਤੇ
ਮੈਂ ਆਰਡਰ ਕੀਤਾ ਉਹਨਾਂ ਨੂੰ ਕੁਛ ਚਪਾਤੀ ਦੇ ਨਾਲ ਕੁਛ ਗ੍ਰੇਵੀ ਸੀ ਤੇ ਚਪਾਤੀ ਹੀ ਜ਼ਿਆਦਾ ਗ੍ਰੇਵੀ ਸੀ ਬਿਲਕੁਲ ਥੋੜ੍ਹੀ ਜਿਹੀ ਮੈਂ ਉਹਨਾਂ ਨੂੰ ਬਹਿ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਇੱਦਾਂ ਤਾਂ ਥੋੜ੍ਹੀ ਜਿਹੀ ਨਾ ਗ੍ਰੇਵੀ ਪਾ ਦਿਓ ਕਹਿੰਦੇ ਸਰ ਉਹਦਾ ਨਾ ਐਕਸਟਰਾ ਚਾਰਜਿਸ ਲੱਗਣਗੇ ਮੈਂ ਕਹੀ ਯਾਰ ਮੇਰੀ ਇੱਕ ਦੋ ਤਿੰਨ ਗਰਾਈਆਂ ਰਹਿ ਗਈਆਂ ਤੁਸੀਂ ਥੋੜ੍ਹੀ ਜਿਹੀ ਪਾ ਦਿਓ ਕੋਈ ਦਿੱਕਤ ਤਾਂ ਨਹੀਂ ਕਹਿੰਦੇ ਨਹੀਂ ਜੀ ਉਹਦੇ 40 ਰੁਪੀਸ ਐਕਸਟਰਾ ਚਾਰਜ ਮੈਂ ਕਿਹਾ 100 ਰੁਪਏ ਦੀ ਚੀਜ਼ ਆ 40 ਰੁਪੀਸ ਮੈਂ ਸਿਰਫ ਤੁਹਾਡੀ ਤਰੀ ਦੇ ਦਊਂ ਤਰੀ ਦੇ ਦਊਂ ਬੜਾ ਬੈਡ ਐਕਸਪੀਰੀਅੰਸ ਰਿਹਾ ਰੈਸਟੋਰੈਂਟ 'ਤੇ ਮੈਂ ਕਦੀ ਗਿਆ ਨਹੀਂ ਔਰ ਮੈਂ ਕਦੀ ਕਿਸੇ ਨੂੰ ਸਲਾਹ ਵੀ ਨਹੀਂ ਦਾਂ ਕਿ ਬੰਦੇ ਦਾ ਜਦੋਂ ਕੰਮ ਚੱਲ ਪਿਆ ਨਾ ਤਾਂ ਬੰਦੇ 'ਚ ਆਕੜ ਹੋ ਜਾਂਦੀ ਆਕੜ ਹੋ ਜਾਂਦੀ ਇਹ ਗੱਲ ਹੈਗੀ ਹੈ ਨਾ ਅਤੇ ਮੇਰੇ ਹਿਸਾਬ ਹੈ ਲੌਂਗ ਲਾਈਫ ਦੁਕਾਨਦਾਰੀ ਤਾਂ ਹੈ ਨਹੀਂ ਬਿਲਕੁਲ ਤੁਸੀਂ ਤੁਸੀਂ ਮਜਬੂਰੀ ਨਾਲ ਫਿਰ ਜਾ ਰਹੇ ਹੋ ਹੈ ਨਾ ਉਹਨਾਂ ਦੇ ਖਾਣ ਚੀਜ਼ਾਂ ਖਾਣ ਮੈਂ ਉਸ ਚੀਜ਼ ਨੂੰ ਕਦੀ ਪ੍ਰਮੋਟ ਨਹੀਂ ਕਰਾਂ ਬਿਲਕੁਲ ਜਿਹੜਾ ਬੰਦਾ ਤੁਹਾਨੂੰ ਸਰਵਿਸ ਹੁਣ ਦਿੱਤਾ ਭਾਅ ਜੀ ਉਹਨਾਂ ਨੂੰ ਕਿਹਾ ਕਿ ਚਟਨੀ ਦੇ ਦਿਓ ਥੋੜ੍ਹੇ ਉਸੇ ਵੇਲੇ ਭਾਅ ਜੀ ਲੈ ਆਇਓ ਭਾਈ 10 ਰੁਪਏ ਐਕਸਟਰਾ ਲੱਗ ਰਹੇ ਜੀ ਤੁਸੀਂ ਸਾਨੂੰ ਇੰਨੀ ਵਧੀਆ ਜਗ੍ਹਾ 'ਤੇ ਲੈ ਕੇ ਆਇਓ ਕੋਈ ਸੋਚ ਸਮੇਂ ਕੇ ਲੈ ਕੇ ਆਇਓ ਕਿ ਉਹਦਾ ਆਪਾਂ ਵਲੌਗ ਕਰਦੇ ਹਾਂ ਵੀਡੀਓ ਕਰਦੇ ਹਾਂ ਇਹਦੇ ਆਪਾਂ ਇੱਕ ਵਲੌਗ ਕਰਨਾ ਹੈ ਕਿ ਬੇਸਣ ਅਤੇ ਉਹ ਵਾਲਾ ਆਟੇ ਵਾਲਾ ਨਾਨ ਮਿਲਦਾ ਬਟ ਇਹਨਾਂ ਦਾ ਸਾਨੂੰ ਪਤਾ ਲੱਗਾ ਕਿ ਐਕਚੁਅਲ 'ਚ ਇਹਨਾਂ ਨੂੰ ਪ੍ਰਮੋਸ਼ਨ ਦੀ ਨੀਡ ਹੈਗੀ ਆ ਬਿਲਕੁਲ ਬਿਲਕੁਲ ਕਿਉਂਕਿ ਆਲਰੇਡੀ ਪ੍ਰਮੋਟਡ ਹੈ ਆਲਰੇਡੀ ਉਹਨਾਂ ਨੂੰ ਉਹਨੇ ਟ੍ਰਾਂਜੈਕਸ਼ਨ ਦੇਣ ਦੀ ਬਹੁਤ ਹੈਗੀ ਆ ਉਹਨਾਂ ਨੂੰ ਕਿਉਂ ਪ੍ਰਮੋਟ ਕਰਦੇ ਔਰ ਜਿਨ੍ਹਾਂ ਨੂੰ ਨੀਡ ਵੀ ਹੈ ਨਹੀਂ ਹੈਗੀ ਗਾਈਜ਼ ਤੇ ਇਹਨਾਂ ਨੂੰ ਨੀਡ ਹੈਗੀ ਆ ਤੇ ਮੈਂ ਹੀ ਕਹਾਂਗਾ ਸਾਰਿਆਂ ਨੂੰ ਕਿ ਵੱਧ ਚੜ੍ਹ ਕੇ ਆਓ ਤੇ ਬਾਕੀ ਭਾਈ ਕੁਝ ਪੀਣ ਨੂੰ ਨਾਲ ਚਾਹੀਦਾ ਤਾਂ ਦੱਸ ਦਿਓ ਆਪਾਂ ਕੋਲਡ ਡਰਿੰਕ ਪਾਲੇ ਓਕੇ ਤੈਨੂੰ ਚਾਹੀਦਾ ਕੁਝ ਪੀਲੀ ਓਕੇ ਡਨ ਠੀਕ ਆ ਤੇ ਚਲੋ ਹੁਣ ਗਾਈਜ਼ ਫਟਾਫਟ ਆਪਾਂ ਨਾਨ ਫਿਨਿਸ਼ ਕਰ ਲਈਏ ਆਪਣਾ ਫਿਰ ਤੁਹਾਨੂੰ ਮਿਲਦੇ ਹੈਗੇ ਆ ਆਹ ਦੇਖੋ ਮੇਰਾ ਇਹ ਪਿਆ ਇਹਨਾਂ ਨੇ ਵੀ ਖਾ ਲਿਆ ਇਹਨਾਂ ਨੇ ਵੀ ਖਾ ਲਿਆ ਹੈਗਾ ਅਤੇ ਮੈਂ ਵਲੌਗ ਹੀ ਕਰਨ ਡਿਆ ਹੈਗਾ ਵਾ ਚਲੋ ਫਟਾਫਟ ਮਿਲਦੇ ਹੁਣ ਅੱਗੇ ਠੀਕ ਆ ਹਾਂਜੀ ਤੇ ਗਾਈਜ਼ ਨਾਨ ਆਪਾਂ ਟਰਾਈ ਕਰ ਬਹੁਤ ਜ਼ਬਰਦਸਤ ਗਾਈਜ਼ ਨਾਨ ਹੈਗਾ ਜੀ ਜਿਹੜਾ ਭਾਈ ਉਹਨਾਂ ਨੇ ਸਾਨੂੰ ਸਰਵ ਕੀਤਾ ਹੈਗਾ ਤੁਸੀਂ ਸਾਰੇ ਜਣੇ ਬਚ ਚੜ੍ਹ ਕੇ ਇੱਥੇ ਆਓ ਅਤੇ ਬਾਕੀ ਹੁਣੇ ਇੱਕ ਵਾਰੀ ਭਾਈ ਨਾਲ ਬੁਲਾ ਦਿੰਦੇ ਹੈਗੇ ਆ ਭਾਈ ਬਹੁਤ ਬਹੁਤ ਥੈਂਕਸ ਆ ਤੁਹਾਡਾ ਬਹੁਤ ਵਧੀਆ ਟੇਸਟ ਤੁਸੀਂ ਸਰਵ ਕਰ ਰਹੇ ਹੈਗੇ ਹੋ ਫੂਡ ਦੀ ਕੁਆਲਿਟੀ ਬਹੁਤ ਜ਼ਬਰਦਸਤ ਹੈਗੀ ਆ ਥੈਂਕ ਯੂ ਠੀਕ ਹੈ ਥੈਂਕ ਯੂ ਵੈਰੀ ਮੱਚ ਅਤੇ ਇਹਦੇ 'ਚ ਮੈਦਾ ਬਿਲਕੁਲ ਯੂਜ਼ ਨਹੀਂ ਕੀਤਾ ਤਾਂ ਇਹ ਗੱਲ ਦੀ ਹੁਣ ਮੇਰੀ ਵੀ ਗਰੰਟੀ ਹੈਗੀ ਆ ਠੀਕ ਹੈ ਤੁਹਾਡੀ ਤਾਂ ਹੈ ਹੀ ਹੈ ਹੁਣ ਮੇਰੀ ਵੀ ਹੈਗੀ ਆ ਤੁਹਾਡੀ ਹੈ ਕਿ ਨਹੀਂ ਭਾਈ ਤੁਹਾਡੀ ਅਤੇ ਇਹ ਲੋਕੇਸ਼ਨ ਭਾਈ ਉਹਨਾਂ ਨੇ ਸਾਨੂੰ ਦੱਸੀ ਹੈਗੀ ਹੈ ਅਤੇ ਬਹੁਤ ਜ਼ਬਰਦਸਤ ਹੈਗੀ ਅਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਸਾਰੇ ਜਣੇ ਤੁਹਾਡੇ ਕੋਲ ਆਉਣ ਅਤੇ ਕਦੀ ਮਤਲਬ ਕਿ ਇੱਥੋਂ ਮੁੜ ਕੇ ਨਾ ਜਾਣ ਅਤੇ ਇਸ ਕਰਕੇ ਤੁਸੀਂ ਆਪਣਾ ਨੰਬਰ ਦੇ ਦਿਓ ਤਾਂ ਕਿ ਤੁਹਾਨੂੰ ਕਾਲ ਕਰਕੇ ਹੀ ਅਗਲੇ ਆਉਣ ਹੈ ਨਾ ਸਰ ਮੇਰਾ ਨੰਬਰ ਹੈਗਾ ਜੀ 9888713939 ਠੀਕ ਹੈ ਭਾਅ ਜੀ ਆਪਾਂ ਡਿਸਪਲੇ ਵੀ ਕਰ ਦੇਵਾਂਗੇ ਡਿਸਕ੍ਰਿਪਸ਼ਨ 'ਚ ਵੀ ਲਿਖ ਦਾਂਗੇ ਠੀਕ ਹੈ ਅਤੇ ਸਕਰੀਨ 'ਤੇ ਵੀ ਮਤਲਬ ਕਿ ਚੱਲ ਪਏਗਾ ਬਿਲਕੁਲ ਖੱਤਰੀ ਸਭਾ ਬਿਲਕੁਲ ਅਤੇ ਸ਼ੁਕਰੀਆ ਭਾਅ ਜੀ ਬਹੁਤ ਬਹੁਤ ਸਾਨੂੰ ਆਪਣਾ ਵਕਤ ਦਿੱਤਾ ਤੁਸੀਂ ਠੀਕ ਹੈ ਆਏ ਵੈਲਕਮ ਹੈ ਕੋਈ ਗੱਲ ਤੁਹਾਡੇ ਕਰਕੇ ਪਠਾਨਕੋਟ ਦੀ ਜਨਤਾ ਨੂੰ ਹੋਰ ਪਤਾ ਲੱਗੇਗਾ ਬਿਲਕੁਲ ਬਿਲਕੁਲ ਭਾਈ ਬਿਲਕੁਲ ਇਹ ਮੈਦਾ ਖਾ ਖਾ ਕੇ ਦੁਨੀਆ ਵੈਸੇ ਬਿਮਾਰੀਆਂ ਨਾਲ ਘਿਰੀ ਪਈ ਹੈ ਸਹੀ ਗੱਲ ਹੈ ਨਹੀਂ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਇਹ ਕੰਮ ਪਰਸਨਲੀ ਬਹੁਤ ਵਧੀਆ ਲੱਗਾ ਇਹ ਮੇਰੇ ਟਾਈਪ ਦਾ ਹੈਗਾ ਹਿਸਾਬ ਕੋਈ ਬੱਚਾ ਖਾਵੇ ਚਾਹੇ ਕੋਈ ਬਜ਼ੁਰਗ ਖਾ ਲੇ ਕੋਈ ਤੁਹਾਨੂੰ ਭਾਰਾਪਣ ਮਹਿਸੂਸ ਨਹੀਂ ਹੋਏਗਾ ਬਿਲਕੁਲ 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 ਲਾਈਟ ਲੱਗੇਗਾ ਭਾਈ ਤੁਹਾਨੂੰ ਉਹ ਥੋੜ੍ਹੀ ਬਾਬਾ ਫਿਰ ਭੁੱਖ ਲੱਗ ਜਾਏਗੀ ਭੁੱਖ ਲੱਗ ਜਾਏਗੀ ਸਹੀ ਗੱਲ ਹੈਗੀ ਨਹੀਂ ਤਾਂ ਕਈ ਵਾਰੀ ਨਾ ਨਾਨ ਜਿਹੜੇ ਹੁੰਦੇ ਠੰਡਾ ਹੋ ਜਾਏ ਤੇ ਉਹ ਮਤਲਬ ਖਾਧਾ ਨਹੀਂ ਜਾਂਦਾ ਹੈਗਾ ਖਿੱਚਿਆ ਜਾਂਦਾ ਕਿ ਉਹ ਟੈਪ ਹੋ ਜਾਂਦਾ ਉਹ ਤੇ ਮੈਂ ਤੇ ਕਿੰਨੀ ਦੇਰ ਇੱਕ ਨਾਨ ਹੀ ਮੈਨੂੰ ਲੱਗਦਾ 20 ਮਿੰਟ ਲਾ ਕੇ ਖਾਧਾ ਮੈਂ ਤੇ ਬੜਾ ਵਧੀਆ ਤਰੀਕੇ ਨਾਲ ਨਾਨ ਦਾ ਸਾਈਜ਼ ਵੀ ਤੁਹਾਡਾ ਠੀਕ ਹੈ ਜੀ ਬਿਲਕੁਲ ਬਹੁਤ ਵਧੀਆ ਸਟਫਿੰਗ ਪੂਰੀ ਹੈਗੀ ਆ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਹਾਂਜੀ ਬਿਲਕੁਲ ਤੇ ਆਪਾਂ ਦੁਬਾਰਾ ਤੁਹਾਨੂੰ ਮਿਲਦੇ ਰਵਾਂਗੇ ਠੀਕ ਹੈ ਸਰ ਚਲੋ ਸ਼ੁਕਰੀਆ ਭਾਜੀ ਮਿਹਰਬਾਨੀ ਠੀਕ ਹੈ ਭਾਜੀ ਹਾਂਜੀ ਤੇ ਗਾਈਜ਼ ਆ ਚੁੱਕਿਆ ਨਾਨ ਆਪਾਂ ਟਰਾਈ ਕਰਕੇ ਬਹੁਤ ਵਧੀਆ ਸਾਨੂੰ ਲੱਗਾ ਟੇਸਟ ਬਾਕੀ ਪਹਿਲੇ ਭਰਾਵਾਂ ਦਾ ਲੈ ਲੈਣੇ ਹੈਗੇ ਆ ਹਨਾ ਰਿਵਿਊ ਉਹਦੇ ਬਾਅਦ ਚੋਂ ਆਪਣਾ ਰਿਵਿਊ ਦੇਵਾਂਗੇ ਭਾਜੀ ਕਿਵੇਂ ਲੱਗਿਆ ਜਿੱਦਾਂ ਦੇਖੋ ਤੁਹਾਨੂੰ ਮੈਂ ਇਨਵਾਈਟ ਹੀ ਕੀਤਾ ਸੀ ਸੀ ਕਰਕੇ ਹਨਾ ਬਿਲਕੁਲ ਇੱਕ ਵਾਰੀ ਟਰਾਈ ਜ਼ਰੂਰ ਕਰੋ ਕਿਉਂਕਿ ਮੈਂ ਕਰਕੇ ਆਇਆ ਸੀ ਟਰਾਈ ਹਾਂਜੀ ਬਹੁਤ ਵਧੀਆ ਹਨਾ ਹਰ ਇੱਕ ਨੂੰ ਖਾਣਾ ਚਾਹੀਦਾ ਇਹੋ ਜਿਹੀ ਹੈਲਦੀ ਚੀਜ਼ਾਂ ਖਾਓ ਬਿਲਕੁਲ ਹਨਾ ਤੰਦਰੁਸਤ ਰਹੋ ਮੈਦੇ ਮੁੱਦੇ ਤੇ ਫਰਾਈਡ ਚੀਜ਼ਾਂ ਛੱਡੋ ਛੱਡੋ ਬਿਲਕੁਲ ਸਹੀ ਗੱਲ ਹੈ ਚੀਜ਼ਾਂ ਨੂੰ ਪ੍ਰਮੋਟ ਕਰੋ ਨਾਲੇ
ਦੂਸਰੀ ਗੱਲ ਹੈ ਨਾ, ਮੈਨੂੰ ਵੀ ਨਹੀਂ ਪਤਾ ਕਿ ਉਹਨਾਂ ਦੇ ਘਰ ਦੇ ਹਾਲਾਤ ਕਿੱਦਾਂ ਨੇ, ਹੈ ਨਾ, ਬਿਲਕੁਲ ਸਰਵਾਈਵ ਕਰ ਰਹੇ ਆ ਹੈ ਨਾ ਬੱਚੇ ਦੇ ਇਲਾਜ ਵਾਸਤੇ। ਅਤੇ ਸਾਰਿਆਂ ਨੂੰ ਮੈਂ ਤਾਂ ਅਪੀਲ ਕਰਾਂਗਾ ਨਾ, ਪਠਾਨਕੋਟ ਦੇ ਹੁਣ ਤੋਂ ਬਾਹਰ ਦੇ ਵੀ ਲੋਕ ਹਨ, ਇੱਕ ਵਾਰੀ ਜ਼ਰੂਰ ਟਰਾਈ ਕਰਨ, ਬਿਲਕੁਲ ਉਹਨਾਂ ਨੂੰ ਮਤਲਬ ਬਾਕੀਆਂ ਨਾਲ ਡਿਫਰੈਂਸ ਪਤਾ ਮਿਲੂਗਾ ਮਿਲੂਗਾ। ਅਤੇ ਬਾਕੀ ਸਾਡੇ ਵਲੋਗ ਦੇ ਵਿੱਚ ਆ ਕੇ ਬੜੇ ਟਾਈਮ ਦੇ ਬਾਅਦ ਜਿਹੜਾ ਆਪਾਂ ਚਾਹੁੰਦੇ ਕਿ ਹੋਏ ਵਲੋਗ, ਕਿੱਦਾਂ ਦਾ ਲੱਗ ਰਿਹਾ ਜੀ? ਅੱਛਾ ਲੱਗ ਰਿਹਾ, ਦੇਖੋ ਭਰਾ ਜਿੱਥੇ ਕਹੇਗਾ ਉਹ ਤਾਂ ਖੜ ਜਾਵਾਂਗੇ ਦੱਸੋ। ਇਹੀ ਗੱਲ ਹੁੰਦੀ ਹੈ। ਅਤੇ ਹੋਰ ਚਿੱਕੀ ਤੂੰ ਦੱਸ ਕਿਵੇਂ ਲੱਗਾ? ਬਹੁਤ ਵਧੀਆ ਸੀ, ਕ੍ਰਿਸਪੀ ਪੂਰਾ ਓਕੇ ਸੀਗਾ, ਸਟਫਿੰਗ ਵੀ ਬਹੁਤ ਘੈਂਟ ਸੀ ਅਤੇ ਨਾਲ ਮੈਦਾ ਬਿਲਕੁਲ ਨਹੀਂ ਸੀਗਾ, ਅਤੇ ਇਹਦੇ ਕਰਕੇ ਮਤਲਬ ਕਾਫੀ ਐਂਡ ਸੀਗਾ ਕੰਮ। ਵਧੀਆ ਸੀ ਨਾ? ਬਹੁਤ ਟੇਸਟੀ ਸੀ ਬਹੁਤ। ਅਤੇ ਮੈਂ ਵੀ ਤੁਹਾਨੂੰ ਦੱਸ ਦੇਣਾ ਗਾਈਜ਼ ਕਿ ਬਹੁਤ ਵਧੀਆ ਲੱਗਾ ਮੈਨੂੰ, ਕਿਉਂਕਿ ਹੁਣ ਹੈਵੀਨੈਸ ਵੀ ਬਿਲਕੁਲ ਨਹੀਂ ਲੱਗ ਰਹੀ ਕਿ ਐਕਚੁਅਲ 'ਚ ਮੈਂ ਵੀ ਥੋੜ੍ਹਾ ਜਿਹਾ ਫੈਟ ਆਪਣਾ ਲੋਸ ਕਰ ਰਿਹਾ ਹੈਗਾ ਵਾ। ਅਤੇ ਭਾਜੀ ਨੇ ਜਿੱਦਾਂ ਕਿਹਾ ਕਿ ਆਪਾਂ ਨਾਂ ਵਾਲੀ ਵੀਡੀਓ ਕਰਨੀ ਹੈਗੀ, ਅਤੇ ਭਰਾ ਨਾਲ ਇੰਨਾ ਕੁ ਪਿਆਰ ਹੈਗਾ ਆਪਣਾ ਕਿ ਜਿੱਥੇ ਜਿੱਦਾਂ ਭਾਜੀ ਨੇ ਕਿਹਾ, ਜਿੱਥੇ ਭਰਾ ਨੇ ਕਿਹਾ ਤਾਂ ਉੱਥੇ ਖੜ੍ਹ ਕੇ ਉੱਦਾਂ ਜਿੱਦਾਂ ਭਾਜੀ ਨੇ ਕਿਹਾ, ਅਤੇ ਆਪਾਂ ਉੱਥੇ ਹੀ ਖੜ੍ਹੇ ਹੈਗੇ ਭਾਜੀ ਦੇ ਨਾਲ, ਵੱਡਾ ਭਰਾ ਹੈ ਮੇਰਾ, ਅਤੇ ਜਿੱਦਾਂ ਹੁਕਮ ਕਰਨਗੇ ਉੱਦਾਂ ਹੀ ਆਪਾਂ ਕਰਨਾ। ਅਤੇ ਬਾਕੀ ਬਹੁਤ ਵਧੀਆ ਲੱਗਿਆ ਹੈਗਾ ਵਾ, ਹੈਵੀਨੈਸ ਬਿਲਕੁਲ ਨਹੀਂ ਲੱਗ ਰਹੀ ਹੈਗੀ ਉਹਦੇ ਨਾਲ ਖਾ ਕੇ। ਅਤੇ ਜੇ ਕੋਈ ਮਤਲਬ ਕਿ ਇੱਦਾਂ ਹੀ ਫੈਟ ਲੋਸ ਕਰ ਰਿਹਾ ਜਾਂ ਵੇਟ ਲੋਸ ਕਰ ਰਿਹਾ ਆਪਣਾ, ਤਾਂ ਇਹ ਨਾਨ ਖਾ ਸਕਦਾ ਹੈਗਾ ਵਾ। ਅਤੇ ਨਾਨ ਖਾਣ ਲਈ ਕਿੱਥੇ ਆਉਣਾ ਪਏਗਾ? ਏਕਮ ਕੁਲਚਾ ਜੰਕਸ਼ਨ, ਜਿਹੜਾ ਕਿ ਪਠਾਨਕੋਟ ਦੇ ਵਿੱਚ ਹੈਗਾ, ਖੱਤਰੀ ਸਭਾ ਦੇ ਸਾਹਮਣੇ। ਅਤੇ ਸਾਰੇ ਜਣੇ ਵੱਧ ਚੜ੍ਹ ਕੇ ਆਓ, ਜੇ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਨਹੀਂ ਪ੍ਰੈਸ ਕੀਤਾ ਉਹ ਕਰ ਲੈਣਾ, ਉਹਦਾ ਫਾਇਦਾ ਇਹ ਹੋਏਗਾ ਕਿ ਜਦੋਂ ਵੀ ਮੈਂ ਆਪਣੀ ਨਵੀਂ ਵੀਡੀਓ ਪਾਵਾਂਗਾ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਏਗੀ। ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਟਿਲ ਦੈਨ ਟੇਕ ਕੇਅਰ, ਬਾਏ ਬਾਏ, ਚੰਗਾ ਫਿਰ ਅਗਲੀ ਵਾਰੀ।